ਹਾਂਜੀ ਜਿਹੜੀ ਇਹ ਐਨ ਜੀ ਓ ਅਸੀਂ ਬਣਾਈ ਹੈ ਟ੍ਰੈਫਿਕ ਰੋਡ ਸੇਫਟੀ ਔਰਗੇਨਾਈਜੇਸ਼ਨ, ਇਹ ਐਨ ਜੀ ਓ ਬਣਾਉਣ ਦਾ ਜਿਹੜਾ ਖਿਆਲ ਹੈ ਮੈਨੂੰ ਇੱਕ ਟੀ ਵੀ ਨਿਊਜ਼ ਤੋਂ ਮਿਲਿਆ ਜੀ। ਮੈਂ ਘਰ 'ਚ ਆਪਣੇ ਮਿਸਿਜ ਦੇ ਨਾਲ ਬੈਠਾ ਟੀ ਵੀ ਦੇਖ ਰਿਹਾ ਸੀਗਾ ਜੀ, 11 ਫਰਵਰੀ 2015 ਨੂੰ 7:30 ਵਜੇ ਦਾ ਟਾਈਮ ਹੋਏਗਾ। ਇੱਕ ਨਿਊਜ਼ ਚੱਲ ਰਹੀ ਸੀ ਜਿਹਦੇ ਵਿੱਚ ਇੱਕ ਹਿੰਦੂ ਜੈਂਟਲਮੈਨ ਜੋ ਇੱਕ ਕਲਰਕ ਲੱਗਾ ਹੋਇਆ ਸੀਗਾ ਬੈਂਕ ਦੇ ਵਿੱਚ, ਉਹ ਖੱਡੇ ਪੂਰ ਰਿਹਾ ਸੀਗਾ ਸਿਮਟਡ, ਉਹਦੇ ਨਾਲ ਉਹਦੇ 4 ਦੋਸਤ ਸੀਗੇ। ਜਦੋਂ ਪ੍ਰੈਸ ਰਿਪੋਰਟਰ ਨੇ ਉਹਨੂੰ ਆ ਕੇ ਪੁੱਛਿਆ ਜੀ ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ, ਤਾਂ ਉਹਨੇ ਕਿਹਾ ਵੀ ਇਹਦੀ ਪ੍ਰੇਰਣਾ ਮੈਨੂੰ ਮੇਰੇ ਬੇਟੇ ਦੀ ਚਿਖਾ ਤੋਂ ਮਿਲੀ। ਇਹ ਗੱਲ ਸੁਣ ਕੇ ਮੈਂ ਸੋਚਿਆ ਵੀ ਇਹ ਬੰਦੇ ਨੇ ਦੇਖੋ ਆਪਣੇ ਸਭ ਕੁਝ ਗਵਾਉਣ ਤੋਂ ਬਾਅਦ, ਫਿਰ ਉਹਨੇ ਨਾਲ ਹੀ ਇਹ ਦੱਸਿਆ ਕਿ ਮੇਰਾ ਇਕੱਲਾ ਬੇਟਾ ਸੀਗਾ, ਉਹ ਟਿਊਸ਼ਨ ਪੜ੍ਹਨ ਜਾ ਰਿਹਾ ਸੀਗਾ, ਬੈਕ ਮੋਟਰਸਾਈਕਲ ਦੀ ਬੈਕ ਸਾਈਡ 'ਤੇ ਬੈਠਾ ਖੱਡੇ ਦੇ ਵਿੱਚ, ਮੋਟਰਸਾਈਕਲ ਦਾ ਅਗਲਾ ਟਾਇਰ ਵੱਜਾ, ਉਹ ਪਿੱਛੋਂ ਡਿੱਗਾ ਅਤੇ ਉਹਦੀ ਜਿਹੜੀ ਨੈੱਕ ਬੋਨ ਆ ਉਹ ਬ੍ਰੇਕ ਹੋ ਗਈ ਅਤੇ ਔਨ ਦੀ ਸਪੋਟ ਉਹਦੀ ਡੈਥ ਹੋ ਗਈ। ਅਤੇ ਮੇਰੇ ਕਹਿੰਦਾ ਵੀ ਜ਼ਿੰਦਗੀ ਜਿਹੜੀ ਉਹ ਇੱਕ ਖਤਮ ਹੋ ਚੁੱਕੀ, ਮੇਰਾ ਵੰਸ਼ ਖਤਮ ਹੋ ਗਿਆ। ਅਤੇ ਮੈਂ ਉਸ ਤੋਂ ਪ੍ਰੇਰਣਾ ਲਈ ਵੀ ਜਿੱਦਾਂ ਮੇਰਾ ਵੰਸ਼ ਖਤਮ ਹੋਇਆ, ਅੱਜ ਤੋਂ ਬਾਅਦ ਮੈਂ ਕਿਸੇ ਹੋਰ ਦਾ ਵੰਸ਼ ਇਹਨਾਂ ਖੱਡਿਆਂ ਦੇ ਕਾਰਨ ਹੀ ਖਤਮ ਹੋਣ ਦਊਂਗਾ। ਉਹਨੇ ਆਪਣੇ ਦੋਸਤਾਂ ਨਾਲ ਮਿਲ ਕੇ 5 ਮੈਂਬਰੀ ਇੱਕ ਕਮੇਟੀ ਬਣਾ ਕੇ ਅਤੇ 10 ਖੱਡੇ ਉਹਨਾਂ ਨੇ ਏਮ ਰੱਖਿਆ ਵੀ ਅਸੀਂ 10 ਖੱਡੇ ਰੋਜ਼ ਪੂਰਨੇ ਹੈ ਆਪਣੀ ਡਿਊਟੀ ਤੋਂ ਬਾਅਦ। ਮੈਂ ਸੋਚਿਆ ਵੀ ਮੈਂ ਟ੍ਰੈਫਿਕ ਇੰਚਾਰਜ ਵੀ ਹਾਂ, ਮੇਰੀ ਔਲਾਦ ਵੀ ਸਹੀ ਸਲਾਮਤ ਹੈ, ਮੇਰੇ ਕੋਲ ਸਭ ਕੁਛ ਪਰਮਾਤਮਾ ਦਾ ਦਿੱਤਾ ਹੋਇਆ, ਅਤੇ ਮੈਂ ਕਿਹੜੀ ਚੀਜ਼ ਦੀ ਵੇਟ ਕਰ ਰਿਹਾ ਵੀ ਜਦੋਂ ਸਾਰਾ ਕੁਝ ਮੇਰੇ ਕੋਲ ਖੁੱਸ ਜੂ ਫਿਰ ਇਹ ਕੰਮ ਕਰੂੰਗਾ। ਮੈਂ ਉਸ ਦਿਨ ਕੀਤਾ ਕਿ ਮੈਂ ਇਸ ਉਸ ਦਿਨ ਤੋਂ ਮੈਂ ਪ੍ਰਣ ਕਰਕੇ ਇਹ ਐਨ ਜੀ ਓ ਬਣਾਉਣ ਦਾ ਪ੍ਰਣ ਲਿਆ, ਆਪਣੇ 11 ਦੋਸਤਾਂ ਨਾਲ ਸਲਾਹ ਕਰਕੇ ਮੈਂ 5 ਮੈਂਬਰਾਂ ਤੋਂ ਸ਼ੁਰੂ ਕੀਤੀ, ਜਿਹੜੀ ਹੁਣ ਮੇਰੇ ਜਿਹੜੇ 18,557 ਵਲੰਟੀਅਰ ਜਿਹੜੇ ਪੰਜਾਬ ਦੇ ਵਿੱਚ ਵਰਕਆਊਟ ਕਰ। ਉਸ ਗੱਲ ਨੇ ਮੈਨੂੰ ਇੰਨਾ ਹਲੂੰਦ ਰਿਹਾ ਕਿ ਮੇਰੇ ਅੰਦਰ ਇਨਸਾਨੀਅਤ ਨੂੰ ਉਹਨੇ ਜਿਹੜਾ ਜਗਾ ਦਿੱਤਾ। ਉਸ ਦਿਨ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਬਿਲਕੁਲ ਇਮਾਨਦਾਰੀ ਅਤੇ ਦਿਲੋਂ ਮੈਂ ਇਸ ਉੱਤੇ ਵਰਕਆਊਟ ਕਰ ਰਿਹਾ। ਇਹ ਜਿਹੜੀ ਮੇਰੀ ਅੱਜ ਇੱਥੇ ਮੈਂ ਟ੍ਰੈਫਿਕ ਦੀ ਪੋਸਟਿੰਗ 'ਤੇ ਬੈਠਾ, ਇਹ ਵੀ ਮੈਂ SSP ਸਾਹਿਬ ਨੂੰ ਰਿਕੁਐਸਟ ਕਰਕੇ ਆਪਣੀ NGO ਦਾ ਹਵਾਲਾ ਦੇ ਕੇ ਵਿਲਿੰਗਲੀ ਮੈਂ ਇੱਥੇ ਪੋਸਟਿੰਗ ਲਈ ਹੈ, ਤਾਂ ਕਿ ਮੈਂ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ NGO ਦੇ ਉੱਤੇ ਵੀ ਵਰਕਆਊਟ ਕਰ ਸਕਾਂ ਅਤੇ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰ ਸਕਾਂ, ਲੋਕਾਂ ਨੂੰ ਅਵੇਅਰ ਕਰ ਸਕਾਂ। ਡੇਲੀ ਮੈਂ ਇੱਕ ਸੈਮੀਨਾਰ ਕਿਸੇ ਨਾ ਕਿਸੇ ਜਗ੍ਹਾ 'ਤੇ, ਜਿੱਥੇ ਵੀ ਮੈਨੂੰ 10 ਜਾਂ 10 ਤੋਂ ਵੱਧ ਪੁਰਾਣੀ ਮਿਲ ਜਾਂਦੇ ਆ, ਮੈਂ ਆਪਣੀ ਗੱਲ ਟ੍ਰੈਫਿਕ ਨਿਯਮਾਂ ਬਾਰੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਦਾ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਅਤੇ ਮੈਂ ਤੁਹਾਡੇ ਤੋਂ ਵੀ ਇਹੀ ਆਸ ਕਰਦਾ ਕਿ ਇਹ ਮੇਰਾ ਮੈਸੇਜ ਜਿਹੜਾ ਹੈ ਸਾਰੀ ਦੁਨੀਆ ਤੱਕ ਪਹੁੰਚੇ, ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਰੋਜ਼ ਰੋਡ ਐਕਸੀਡੈਂਟਾਂ ਦੇ ਵਿੱਚ, 1400 ਐਕਸੀਡੈਂਟ ਹਿੰਦੁਸਤਾਨ 'ਚ ਰੋਜ਼ ਰੋਡ 'ਤੇ ਹੋ ਰਿਹਾ ਹੈ, ਜਿਹਦੇ ਵਿੱਚ 600 ਜਾਨਾਂ ਜਿਹੜੀਆਂ ਨਮੁੱਲੀਆਂ ਨੇ ਸਾਡੇ ਲਈ ਉਹ ਜਾਈ ਜਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚ
300 ਤੋਂ ਉੱਪਰ ਜਾਣਾ ਉਹ ਨੇ ਜਿਹੜੇ ਸਾਡੇ 15 ਸਾਲ ਤੋਂ ਲੈ ਕੇ 28 ਸਾਲ ਦੇ ਬੱਚੇ ਨੇ, ਨੌਜਵਾਨ ਪੀੜ੍ਹੀ। ਇੰਨਾ ਨੁਕਸਾਨ ਸਾਡਾ ਅੱਤਵਾਦ ਦੇ ਵਿੱਚ ਨਹੀਂ ਹੋਇਆ ਜਿੰਨਾ ਕਿ ਨੁਕਸਾਨ ਹੁਣ ਸਾਡਾ ਰੋਡ ਐਕਸੀਡੈਂਟਾਂ 'ਚ ਅਤੇ ਨਸ਼ਿਆਂ ਦੇ ਵਿੱਚ ਹੋ ਰਿਹਾ। ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਕੁਝ ਸਾਡੀ ਨਸ਼ਿਆਂ ਨੇ ਖਾ ਲਈ ਹੈ, ਕੁਝ ਸਾਡੀ ਐਕਸੀਡੈਂਟਾਂ 'ਚ ਜਾ ਰਹੀ ਹੈ, ਕੁਝ ਸਾਡੇ ਬੱਚੇ ਜਿਹੜੇ ਆ ਉਹ ਇਹਨਾਂ ਸੁਸਾਇਟੀਆਂ ਤੋਂ ਡਰਦੇ ਮਾਰੇ ਫੋਰਨ ਕੰਟਰੀਆਂ ਦੇ ਵਿੱਚ ਆਜ਼ਾਦ ਦੇਸ਼ ਨੂੰ ਛੱਡ ਕੇ ਫਿਰ ਅੰਗਰੇਜ਼ਾਂ ਦੀ ਗੁਲਾਮੀ ਝੱਲਣ ਨੂੰ ਮਜਬੂਰ ਹੋ ਚੁੱਕੇ। ਇਹ ਗੱਲਾਂ ਕਿਉਂ ਹੋ ਰਹੀਆਂ ਨੇ? ਕਿਉਂਕਿ ਅਸੀਂ ਲੋਕ ਇਹਨਾਂ ਵੱਲ ਧਿਆਨ ਨਹੀਂ ਦੇ ਰਹੇ। ਸਾਡਾ ਸਿਰਫ ਇੱਕੋ ਟਾਰਗੇਟ ਹੈ, ਪੈਸਾ ਪੈਸਾ ਪੈਸਾ, ਹੁੱਕ ਐਂਡ ਕਰੋਕ ਪੈਸਾ ਕਮਾਉਣਾ ਹੈ। ਕਿ ਜੇਕਰ ਮੈਂ ਇੱਕ 24 ਘੰਟੇ ਜੋਬ ਦਾ ਮੁਲਾਜ਼ਮ ਹਾਂ, ਇੱਕ 24 ਘੰਟੇ ਦੇ ਵਿੱਚੋਂ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਇਹ ਕੰਮ ਕਰ ਸਕਦਾ, ਕੀ ਆਮ ਲੋਕ ਨਹੀਂ ਕਰ ਸਕਦੇ? ਕਿ ਟੀਚਰਸ ਜਿਹੜੇ ਨੇ 6 ਘੰਟੇ ਜਾਂ 8 ਘੰਟੇ ਡਿਊਟੀ ਕਰਦੇ ਨੇ, ਕੀ ਉਹ ਬੱਚਿਆਂ ਦੇ ਵਿੱਚ ਪ੍ਰੇਅਰ ਟਾਈਮ 'ਤੇ, ਅਸੈਂਬਲੀ ਟਾਈਮ 'ਤੇ ਕੀ 5 ਮਿੰਟ ਰੋਡ ਸੇਫਟੀ ਦੇ ਉੱਤੇ ਲੈਕਚਰ ਨਹੀਂ ਕਰ ਸਕਦੇ? ਕੀ ਉਹ ਬੱਚਿਆਂ ਨੂੰ ਨਹੀਂ ਸਮਝਾ ਸਕਦੇ? ਕਿ ਪੇਰੈਂਟਸ ਜਿਹੜੇ ਆ ਆਪਣੇ ਬੱਚਿਆਂ ਨੂੰ ਅਵੇਅਰ ਨਹੀਂ ਕਰ ਸਕਦੇ? ਸਾਡੇ ਲੋਕਾਂ ਦੀ ਇੱਕੋ ਹੀ ਮਾਨਸਿਕਤਾ ਹੈ ਕਿ ਇਹ ਆਪਣੇ ਮੌਲਿਕ ਅਧਿਕਾਰਾਂ ਬਾਰੇ ਜ਼ਰੂਰ ਜਾਣਦੇ ਆ, ਪਰ ਆਪਣੇ ਫਰਜ਼ਾਂ ਬਾਰੇ ਕੋਈ ਨਹੀਂ ਜਾਣਦਾ। ਜੇਕਰ ਅਸੀਂ ਕਹਿੰਦੇ ਹਾਂ ਵੀ ਫੋਰਨ ਕੰਟਰੀ ਦੇ ਵਿੱਚ ਲਾਅ ਐਂਡ ਆਰਡਰ ਬਹੁਤ ਹੈ, ਉੱਥੇ ਕਿਉਂ ਹੈ? ਕਿਉਂਕਿ ਉੱਥੇ ਲੋਕ ਆਪਣੇ ਫਰਜ਼ਾਂ ਨੂੰ ਪਹਿਲ ਦਿੰਦੇ ਆ, ਅਧਿਕਾਰਾਂ ਨੂੰ ਨਹੀਂ ਦਿੰਦੇ। ਸਾਡੇ ਹਿੰਦੁਸਤਾਨ ਦੇ ਵਿੱਚ ਅਧਿਕਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਫਰਜ਼ਾਂ ਤੋਂ ਦਰਕਿਨਾਰਾ ਕੀਤਾ ਜਾਂਦਾ ਹੈ। ਆਪਣੇ ਫਰਜ਼ਾਂ ਤੋਂ ਅਸੀਂ ਆਪਣੇ ਫਰਜ਼ਾਂ ਨੂੰ ਭੁੱਲ ਜਾਂਦੇ ਹਾਂ, ਪਰ ਆਪਣੇ ਅਧਿਕਾਰਾਂ ਨੂੰ ਹੀ ਯਾਦ ਰੱਖਦੇ ਹਾਂ। ਉਹ ਸਮੇਂ 'ਤੇ ਅਸੀਂ ਤਰੱਕੀ ਕਰਾਂਗੇ ਜਦੋਂ ਅਸੀਂ ਆਪਣੇ ਫਰਜ਼ਾਂ ਨੂੰ 1 ਨੰਬਰ 'ਤੇ ਰੱਖਾਂਗੇ, ਅਧਿਕਾਰਾਂ ਨੂੰ 2 ਨੰਬਰ 'ਤੇ ਲਿਆਵਾਂਗੇ। ਅਤੇ ਮੈਂ ਤੁਹਾਡੇ ਮੀਡੀਅਮ ਰਾਹੀਂ ਇਹ ਸਾਰਿਆਂ ਨੂੰ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਇਹ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਇਹਨਾਂ ਨੂੰ ਬਚਾ ਲਓ, ਇਹਨਾਂ ਨੂੰ ਅਵੇਅਰ ਕਰੋ। ਇਹਨਾਂ ਲੋਕਾਂ ਨੂੰ ਜਿਹੜੀਆਂ ਅਣਮੁੱਲੀਆਂ ਜਾਨਾਂ ਨੇ, ਇਹਨਾਂ ਨੂੰ ਆਪਾਂ ਹੰਭਲਾ ਮਾਰੀਏ, ਰੋਡ ਸੇਫਟੀ ਦੇ ਉੱਤੇ ਪਹਿਰਾ ਦਿੰਦੇ ਹੋਏ ਬੱਚਿਆਂ ਨੂੰ ਅਵੇਅਰ ਕਰਕੇ ਇਹ ਜਿਹੜੀਆਂ ਅਣਮੁੱਲੀਆਂ ਜਾਨਾਂ ਇਹਨੇ ਆਉਣ ਵਾਲੇ ਹਾਦਸਿਆਂ 'ਚੋਂ ਬਚਾਈਏ। ਇਹ ਜਿਹੜੇ 1400 ਹਾਦਸੇ ਰੋਜ਼ ਸਾਡੇ ਹਿੰਦੁਸਤਾਨ 'ਚ ਵਾਪਰ ਰਹੇ ਨੇ, ਆਪਾਂ ਸਾਰੇ ਜਣੇ ਸਹਿਯੋਗ ਕਰੀਏ ਅਤੇ ਇਹਨਾਂ ਹਾਦਸਿਆਂ ਦੀ ਗਿਣਤੀ ਨੂੰ ਕਾਫੀ ਮਾਤਰਾ ਤੱਕ ਆਪਾਂ ਘਟਾਉਣ ਵਿੱਚ ਸਹਿਯੋਗੀ ਹੋ ਸਕਦੇ ਹਾਂ। ਇਹਨਾਂ ਕਹਿੰਦਾ ਹੋਇਆ ਜੈ ਹਿੰਦ।